ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰੇ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਅੰਮ੍ਰਿਤਸਰ ਦੇ ਅੰਦਰ 158 ਸਕਰ ਯਾਰਡ ਦੀ ਡਬਲ ਸਟੋਰੀ ਬ੍ਰਾਂਡ ਨਿਊ ਕੋਟੀ ਫੁਲੀ ਫਰਨੀਸ਼ਡ ਲੈ ਕੇ ਆਏ ਹਾਂ ਇਸ ਘਰ ਦਾ ਬਹੁਤ ਹੀ ਸੋਹਣਾ ਇੰਟੀਰੀਅਰ ਕੀਤਾ ਗਿਆ ਬਹੁਤ ਹੀ ਸੋਹਣਾ ਇਹਦੇ ਅੰਦਰ ਫਰਨੀਚਰ ਲਗਾਇਆ ਗਿਆ ਹੈਗਾ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਹਦੇ ਅੰਦਰ ਕਿਚਨ ਵੀ ਤਿਆਰ ਕੀਤੀ ਗਈ ਹੈ ਇਸ ਘਰ ਦੇ ਅੰਦਰ ਤੁਸੀਂ ਦੇਖੋਗੇ ਬਹੁਤ ਹੀ ਅੱਛੇ ਵੱਡੇ ਸਾਈਜ਼ ਦੇ ਕਮਰੇ ਬਣਾਏ ਗਏ ਨੇ ਫਰਨੀਸ਼ਡ ਹੈ ਸਾਰੇ ਕਮਰੇ ਆਗੇ ਨੇ ਕਾਫੀ ਅੱਛੇ ਵੱਡੇ ਸਾਈਜ਼ ਦੇ ਨਾਲ ਬਾਥਰੂਮ ਵੀ ਤਿਆਰ ਕੀਤੇ ਗਏ ਨੇ ਡਬਲ ਸਟੋਰੀ ਹੈ ਡੁਪਲੈਕਸ ਘਰ ਹੈਗਾ ਜੇ ਪੰਜ ਬੈੱਡਰੂਮ ਇਹਦੇ ਅੰਦਰ ਹੈਗੇ ਨੇ ਫਰਨਿਸ਼ਡ ਹੈ ਪੂਰਾ ਆਪ ਜੀ ਨੂੰ ਅਪਾਰਟਮੈਂਟ ਮਿਲੇਗਾ ਇਸ ਘਰ ਦੀ ਲੋਕੇਸ਼ਨ ਫਤਿਹਗੜ੍ਹ ਚੋੜਿਆਂ ਰੋਡ ਦੇ ਉੱਪਰ ਹੈਗੀ ਜੇ ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਗੇਟਡ ਸੋਸਾਇਟੀ ਦੇ ਅੰਦਰ ਅੱਜ ਦੀ ਪ੍ਰਾਪਰਟੀ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਈਸਟ ਫੇਸ ਦੀ ਇਹ ਕੋਠੀ ਹੈਗੀ ਜੇ ਇਸ ਕੋਠੀ ਦਾ ਫਰੰਟ 25 ਫੁੱਟ ਹੈ ਔਰ ਇਹਦੀ ਲੰਬਾਈ 57 ਫੁੱਟ ਹੈਗੀ ਜੇ 158 ਸਕੁਏਅਰ ਯਾਰਡ ਦੀ 5 ਬੀਐਚਕੇ ਫੁੱਲੀ ਫਰਨਿਸ਼ਡ ਕੋਠੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਅਰ ਆਪ ਜੀ ਇਸ ਕੋਟੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਮ ਸਕਰੀਨ ਤੇ ਦਿੱਤੇ ਗਏ ਨੇ ਤੁਸੀਂ ਇਹ ਕਲੋਨੀ ਦੀ ਐਂਟਰੈਂਸ ਦੇਖੋ ਕਾਫੀ ਅੱਛੀ ਵੱਡੀ ਗ੍ਰੈਂਡ ਐਂਟਰੈਂਸ ਹੈ ਇਹਦੇ ਅੰਦਰ ਕਾਫੀ ਸੋਨੇ ਵੱਡੇ ਪਾਰਕ ਵੀ ਬਣਾਏ ਗਏ ਨੇ ਕਲੋਨੀ ਦੇ ਅੰਦਰ ਗ੍ਰੀਨਰੀ ਦਾ ਕਾਫੀ ਅੱਛਾ ਧਿਆਨ ਰੱਖਿਆ ਗਿਆ ਚੌੜੀਆਂ ਵਾਈਡ ਰੋਡਸ ਹੈਗੇ ਨੇ ਗੇਟਿਡ ਸੋਸਾਇਟੀ ਹੈ ਜੀ ਆਹ ਕੋਟੀ ਦਾ ਫਰੰਟ ਐਲੀਵੇਸ਼ਨ ਤੁਸੀਂ ਚੈੱਕ ਕਰੋ ਬਿਲਕੁਲ ਮਾਡਰਨ ਲੇਟੈਸਟ ਤਰੀਕੇ ਦੇ ਨਾਲ ਇਹਦਾ ਐਲੀਵੇਸ਼ਨ ਤਿਆਰ ਕੀਤਾ ਗਿਆ ਹੈ ਬਾਹਰ ਗ੍ਰੀਨ ਬੈਲਟ ਹੈ ਪ੍ਰੋਪਰ ਰੈਂਪ ਬਣਾਇਆ ਗਿਆ ਹੈ ਸਲਾਈਡਿੰਗ ਇਹਦੇ ਅੰਦਰ ਗੇਟ ਲਗਾਇਆ ਗਿਆ ਕਾਫੀ ਅੱਛਾ ਵੱ ਘਰ ਦੇ ਅੰਦਰ ਰੈਂਡਰ ਕਰਦੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਪੋਰਚ ਏਰੀਆ ਦਿੱਤਾ ਗਿਆ ਪ੍ਰੋਪਰ ਤੁਸੀਂ ਦੇਖੋ ਗ੍ਰੇਨੇਟ ਮਾਰਬਲ ਇਹਦੇ ਅੰਦਰ ਯੂਜ਼ ਕੀਤਾ ਗਿਆ ਫਲੋਰਿੰਗ ਦੇ ਉੱਪਰ ਬੜੇ ਆਰਾਮ ਦੇ ਨਾਲ ਇਹਦੇ ਅੰਦਰ ਤੁਸੀਂ ਆਪਣੀ ਵੱਡੀ ਗੱਡੀ ਪਾਰ ਕਰ ਸਕਦੇ ਹੋ ਇਸ ਤੇ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਕੰਸੀਲਡ ਲਾਈਟ ਲਾਈ ਗਈ ਹੈ ਸੇਫਟੀ ਲਈ ਇਹਦੇ ਅੰਦਰ ਕੈਮਰੇ ਵੀ ਲਗਾਏ ਗਏ ਨੇ ਘਰ ਦੇ ਬਾਹਰ 30 ਫੁੱਟ ਦੀ ਰੋਡ ਹੈ ਜੀ ਬਹੁਤ ਹੀ ਅੱਛੀ ਪ੍ਰਾਈਮ ਲੋਕੇਸ਼ਨ ਦੀ ਹੈ ਜਿਸੀ ਪ੍ਰੋਪਰਟੀ ਤੁਹਾਡੇ ਲਈ ਲੈ ਕੇ ਆਏ ਆ ਗਿਆ ਇਸ ਤੋਂ ਇਲਾਵਾ ਤੁਸੀਂ ਦੇਖੋ ਸਾਈਡ ਤੇ ਆਜਿ ਨੂੰ 3 ਫੁੱਟ ਦਾ ਸੈਟਬੈਕ ਏਰੀਆ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਅਰਤੇ ਮੇਨ ਐਂਟਰੈਂਸ ਤੇ ਜਾਲੀ ਦਾ ਗੇਟ ਲਗਾਇਆ ਗਿਆ ਆਓ ਆਪ ਜੀ ਨੂੰ ਘਰ ਅੰਦਰੋਂ ਚੈੱਕ ਕਰਵਾਈਏ ਘਰ ਦੇ ਅੰਦਰ ਰੈਂਡਰ ਘਰ ਦੇ ਸਭ ਤੋਂ ਪਹਿਲੇ ਲੌਬੀ ਏਰੀਆ ਜੀ ਪ੍ਰੋਪਰ ਤੁਸੀਂ ਦੇਖੋ ਬਹੁਤ ਹੀ ਸੋਹਣਾ ਡਾਊਨ ਸੀਲਿੰਗ ਦਾ ਕੰਮ ਹੈ ਪੂਰੇ ਘਰ ਦੇ ਅੰਦਰ ਵਿਟ੍ਰੀਫਾਈਡ ਟਾਈਲ ਲਗਾਈ ਗਈ ਹੈ ਲੌਬੀ ਏਰੀਆ ਤੇ ਸਟੇਅਰ ਕੇ ਸੁਪਰ ਫਰਸ ਫਲੋਰ ਲਈ ਜਾ ਰਹੀ ਹੈ ਉਹਦੇ نیچے ਹਿਡਨ ਸਟੋਰੇਜ ਬਣਾਈ ਗਈ ਹੈ ਡਾਈਨਿੰਗ ਏਰੀਆ ਬਣਾਇਆ ਗਿਆ ਹੈ ਸਾਹਮਣੇ ਤੁਸੀਂ ਦੇਖੋ ਕਾਫੀ ਅੱਛਾ ਵੱਡਾ ਡ੍ਰੈਗ ਰੂਮ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਡ੍ਰੈਗ ਰੂਮ ਦੇ ਅੰਦਰ ਤੁਸੀਂ ਦੇਖੋ ਐਲ ਸ਼ੇਪ ਦਾ ਬਹੁਤ ਹੀ ਸੋ ਪ੍ਰੋਪਰ ਤੁਸੀਂ ਸਾਹਮਣੇ ਦੇਖੋ ਸਪਲਿਟ ਏਸੀ ਲਗਾਇਆ ਗਿਆ ਬਹੁਤ ਹੀ ਸੋਹਣਾ ਡਾਊਨ ਸੀਲਿੰਗ ਦਾ ਕੰਮ ਹੈਗਾ ਜੇ ਇਸ ਤੋਂ ਇਲਾਵਾ ਸਾਹਮਣੇ ਤੁਸੀਂ ਦੇਖੋ ਟੀਵੀ ਯੂਨਿਟ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਆਜ ਜੀ ਆਪਸ਼ਨ ਅਸੀਂ ਤੁਹਾਡੇ ਲਈ ਫੁੱਲੀ ਫਰਨਿਸ਼ ਲੈ ਕੇ ਆਏ ਹੈਗੇ ਇਹਦੇ ਅੰਦਰ ਜੋ ਵੀ ਤੁਸੀਂ ਮਟੀਰੀਅਲ ਫਰਨੀਚਰ ਦੇਖ ਰਹੇ ਹੋ ਇਹਦੇ ਨਾਲ ਹੀ ਆਪ ਜੀ ਨੂੰ ਇਨਕਲੂਡ ਮਿਲੇਗਾ ਲੋਬੀ ਦੇ ਅੰਦਰ ਤੁਸੀਂ ਦੇਖੋ 6 ਸੀਟਰ ਡਾਈਨਿੰਗ ਟੇਬਲ ਲਗਾਇਆ ਗਿਆ ਹੈ ਸਟੇਅਰਕੇਸ ਦੇ ਨੀਚੇ ਹਿਡਨ ਸਟੋਰੇਜ ਬਣਾਈ ਗਈ ਆਪ ਜੀ ਨੂੰ ਦੇਖੋ ਬਹੁਤ ਹੀ ਸੋਹਣੀ ਓਪਨ ਕਿਚਨ ਬਣਾ ਕੇ ਦਿੱਤੀ ਜਾ ਰਹੀ ਹੈ ਕਿਚਨ ਤੇ ਅੰਟਰਨ ਤੋਂ ਦੇਖੋ ਬਹੁਤ ਹੀ ਸੋਹਣਾ ਲੱਕੜ ਦਾ ਕੰਮ ਕੀਤਾ ਗਿਆ ਹੈਗਾ ਕਾਫੀ ਅੱਛੀ ਵੱਡੀ ਕਿਚਨ ਹੈ ਯੂ ਸ਼ੇਪ ਦਾ ਕਾਊਂਟਰ ਬਣਾਇਆ ਗਿਆ ਹੈ ਇਹਦੇ ਅੰਦਰ ਪੂਰਾ ਵੁੱਡਨ ਦਾ ਵਰਕ ਆਪ ਜੀ ਨੂੰ ਕਰਕੇ ਦਿੱਤਾ ਜਾ ਰਿਹਾ ਸਾਰੀ ਇਹਦੇ ਅੰਦਰ ਇਨੋਟੈਕ ਫਿਟਿੰਗ ਲਗਾਈ ਗਈ ਹੈ ਤੁਸੀਂ ਦੇਖੋ ਡਬਲ ਬੋਲ ਦਾ ਸਿੰਕ ਲਗਾਇਆ ਗਿਆ ਇੱਕ ਪੈਂਟਰੀ ਯੂਨਿਟ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਰੋਸ਼ਨੀ ਵੈਂਟੀਲੇਸ਼ਨ ਲਈ ਦੇਖੋ ਵਿੰਡੋ ਦਿੱਤੀ ਗਈ ਹੈ ਪੂਰਾ ਕ੍ਰਾਸ ਵੈਂਟੀਲੇਸ਼ਨ ਦਾ ਧਿਆਨ ਰੱਖਿਆ ਗਿਆ ਬ੍ਰਾਊਨ ਕਲਰ ਦਾ ਕਾਊਂਟਰ ਟਾਪ ਲਗਾਇਆ ਗਿਆ ਹੈ ਇਹਦੇ ਇਲਾਵਾ ਚਿਮਨੀ ਇਹਦੇ ਅੰਦਰ ਇੰਸਟਾਲ ਹੈ ਕਾਫੀ ਅੱਛੀ ਵੱਡੀ ਲੈਵਿਸ਼ ਕਿ ਇਸ ਤੋਂ ਇਲਾਵਾ ਗਰਾਉਂਡ ਫਲੋਰ ਤੇ ਦੋ ਬੈੱਡਰੂਮ ਨੇ ਅਟੈਚ ਬਾਥਰੂਮ ਨੇ ਡਕਟੇਰੀਆ ਆਵਾਜਿਨੂ ਵੀ ਚੈੱਕ ਕਰਵਾ ਦਿੰਨੇ ਆ। ਘਰ ਦੇ ਅੰਦਰ 8 ਫੁੱਟ ਦੇ ਚੌਕੜ ਦਰਵਾਜੇ ਲਗਾਏ ਗਏ ਨੇ ਸਾਰਿਆਂ ਦੇ ਉੱਪਰ ਪਾਲਿਸ਼ ਦਾ ਕੰਮ ਕੀਤਾ ਗਿਆ। ਇਹ ਤੁਸੀਂ ਬੈੱਡਰੂਮ ਦੇਖੋ ਕਾਫੀ ਅੱਛੇ ਵੱਡੇ ਸਾਈਜ਼ ਦਾ ਬੈੱਡਰੂਮ ਹੈ ਬਹੁਤ ਹੀ ਸੋਹਣਾ ਇਹਦੇ ਅੰਦਰ ਡਬਲ ਬੈੱਡ ਲਗਾਇਆ ਗਿਆ ਡਾਊਨ ਸੀਲਿੰਗ ਦਾ ਡਿਜ਼ਾਈਨ ਬਹੁਤ ਸੋਹਣਾ ਹੈਗਾ ਜੀ। ਬੈੱਡ ਦੇ ਨਾਲ ਹੀ ਸਾਈਡ ਟੇਬਲ ਹੈਗੀ ਹੈ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਤੇ ਬੈੱਡ ਦੇ ਆਪੋਜ਼ਿਟ ਆਪ ਜੀ ਨੂੰ ਟੀਵੀ ਯੂਨਿਟ ਬਣਾ ਕੇ ਦਿੱਤਾ ਜਾ ਰਿਹਾ ਹੈ ਰੋਸ਼ਨੀ ਵ ਬਹੁਤ ਹੀ ਸੋਹਣਾ ਇਸ ਕੋਠੀ ਦਾ ਇੰਟੀਰੀਅਰ ਕੀਤਾ ਗਿਆ ਹੈ ਔਰ ਕਾਫੀ ਅੱਛਾ ਮਟੀਰੀਅਲ ਇਸ ਕੋਠੀ ਨੂੰ ਬਣਾਉਂਦੇ ਵਕਤ ਯੂਜ਼ ਕੀਤਾ ਗਿਆ ਹੈ। ਇਹ ਕਮਰੇ ਦੇ ਨਾਲ ਹੀ ਡਰੈਸਰ ਏਰੀਆ ਆਪ ਜੀ ਨੂੰ ਦਿੱਤਾ ਜਾ ਰਿਹਾ ਬਣਾ ਕੇ ਨਾਲ ਬਾਥਰੂਮ ਹੈ। ਡਰੈਸਰ ਏਰੀਆ ਦੇ ਅੰਦਰ ਸਾਹਮਣੇ ਤੁਸੀਂ ਦੇਖੋ ਆਪ ਜੀ ਨੂੰ ਡਰੈਸਿੰਗ ਯੂਨਿਟ ਬਣਾ ਕੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਫੀ ਵੱਡੀ ਆਪ ਜੀ ਨੂੰ ਵਾਰਡਰੋਬ ਬਣਾ ਕੇ ਦਿੱਤੀ ਜਾ ਰਹੀ ਹੈ। ਇਹਦੇ ਨਾਲ ਤੁਸੀਂ ਆਪਣੇ ਕਾਫੀ ਅੱਛਾ ਸਟੋਰੇਜ ਕਰ ਸਕਦੇ ਹੋ। ਬਾਥਰੂਮ ਦੇ ਅੰਦਰ ਤੁਸੀਂ ਦੇਖੋਗੇ ਤਾਂ ਗਲਾਸ ਦੇ ਸਲਾਈਡਿੰਗ ਦਰਵਾਜ਼ੇ ਲਗਾਏ ਗਏ ਨੇ। ਬਾਥਰੂਮ ਕਾਫੀ ਅੱਛੇ ਵੱਡੇ ਨੇ। फ्लोर टू सीलिंग हाइट तक ये अंदर टाइल लगाई गई है पूरी जैगवार कंपनी की फिटिंग लगाई गई है रोशनी वेंटिलेशन लिए रोशनदान दिए गए ने काफ़ी अच्छी सोहनी ये अंदर मार्बल फिनिश की टाइल लगाई गई है बहुत ही सोनी ये अंदर सैनिटरी फिटिंग यूज़ की गई है इस तो अलावा ग्राउंड फ्लोर से एक बैडरूम हो रहे जी आओ आप जी भी बैडरूम चेक करवाने काफ़ी अच्छे व्डे साइज का भी बैडरूम है जी इस कोठी की लोकेशन फतेहगढ़ चूड़िया रोड के उपर ठाकुर जी स्टेट हैगी जी तुम ये सैकेंड बैडरूम देखो काफ़ी अच्छे व्डे साइज का अंदर भी बैड लगाया गया है ਇਦੇ ਅੰਦਰ ਗ੍ਰੇ ਟੋਨ ਦੇ ਉੱਪਰ ਸਾਰਾ ਫਰਨੀਚਰ ਤਿਆਰ ਕੀਤਾ ਗਿਆ ਹੈ ਬੈੱਡ ਦੇ ਸਾਈਡ ਤੇ ਤੁਸੀਂ ਦੇਖੋ ﺍﻟमारीयां ਬਣਾਈਆਂ ਗਈਆਂ ਨੇ ਡਾਊਨ ਸੀਲਿੰਗ ਦਾ ਕੰਮ ਹੈਗਾ ਜੀ ਕਮਰੇ ਦੇ ਅੰਦਰ ਬਹੁਤ ਹੀ ਅੱਛੀ ਸਟੋਰੇਜ ਦੀ ਆਪ ਜੀ ਨੂੰ ﺍﻟमारीयां ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਬੈੱਡ ਦੇ ਆਪੋਜ਼ਿਟ ਟੀਵੀ ਯੂਨਿਟ ਵੀ ਹੈਗਾ ਇਸ ਕਮਰੇ ਦੇ ਨਾਲ ਇੱਕ ਡਾਕਟਰ ਨੂੰ ਰਾਜਾਂ ਦਾ ਨਾਲ ਹੀ ਅਟੈਚ ਆਪ ਜੀ ਨੂੰ ਕਾਫੀ ਵੱਡਾ ਬਾਥਰੂਮ ਹੀ ਬਣਾ ਕੇ ਦਿੱਤਾ ਜਾ ਰਿਹਾ ਹੈ ਬਾਥਰੂਮ ਦੇਖੋ ਕਾਫੀ ਅੱਛੇ ਵੱਡੇ ਸਾਈਜ਼ ਦਾ ਬਾਥਰੂਮ ਹੈਗਾ ਜੀ ਇਹਦੇ ਅੰਦਰ ਵੀ ਤੁਸੀਂ ਦੇਖੋ ਗ੍ਰੇ ਕਲਰ ਦੇ ਟੋਨ ਦੀ ਟਾਈਲ ਯੂਜ਼ ਕੀਤੀ ਗਈ ਹੈ ਪ੍ਰੋਪਰ ਤੁਸੀਂ ਦੇਖੋ Jaguar company puri fitting lagayegi ye tile tusi dekho floor to ceiling height tak lagayi gayi hai kafi acche bade bathroom ne roshni ventilation li roshan dan ditte gaye ne anupuri ummeed hai koti aap ji nu bahut hi sohni lagegi furniture koti aap ji nu taiyar karke ditti ja rahi hai is to alawa is kamre de vichon hi ek doctor nu vi ra jaanda aao aap ji nu doctoria vi check karwaiye kafi acche bade size da doctoria je proper tusi dekho ede andar ਦਾ 10 ਫੁੱਟ ਤੱਕ ਉੱਪਰ ਪੂਰੀ ਟਾਈਲ ਲਗਾਈ ਗਈ ਉੱਪਰ ਸੇਫਟੀਲੀ ਜਾਲ ਲਾਇਆ ਗਿਆ ਇਹਦੇ ਅੰਦਰ ਹੀ ਗੀਜ਼ਰ ਇੰਸਟਾਲ ਕੀਤੇ ਗਏ ਨੇ ਇਸ ਏਰੀਆ ਨੂੰ ਤੁਸੀਂ ਆਪਣਾ ਵਾਸ਼ਿੰਗ ਏਰੀਆ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ ਪਰ ਤੁਸੀਂ ਦੇਖੋ ਜਾਲੀ ਦੇ ਗੇਟ ਲਗਾਏ ਗਏ ਨੇ ਸਾਡੀ ਦਿੱਤੀ ਇਨਫੋਰਮੇਸ਼ਨ ਅਗਰ ਆਪ ਜੀ ਨੂੰ ਅੱਛੀ ਲੱਗਦੀ ਹੈ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਨਲੌਕ ਸੁਪਰ ਪ੍ਰਾਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ ਲਾਈਕ ਐਂਡ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਵੀਡੀਓ ਸੇ ਆਪਣੇ ਕਲਾਇੰਟ ਲੈ ਕੇ ਆਉਂਦੇ ਰਹਨੇ ਤਾਂ ਕਿ ਉਹ ਅੱਛੇ ਤੋਂ ਅੱਛੇ ਕਾਰਵੇਕ ਪਾਣ ਔਰ ਅੱਛੀ ਤੋਂ ਅੱਛੀ ਪ੍ਰਾਪਰਟੀ ਉਹ ਪਰਚੇਸ ਕਰ ਪਾਣ ਸਾਡਾ ਚੈਨਲ YouTube Facebook ਦੋਨੋਂ ਜਗ੍ਹਾ ਤੇ ਪਲੀਜ਼ ਲਾਈਕ ਐਂਡ ਫਾਲੋ ਕਰੋ ਕਿਸੇ ਨੂੰ ਵੀ ਪ੍ਰਾਪਰਟੀ ਦੀ ਰਿਕੁਆਇਰਮੈਂਟ ਹੋਵੇ ਸਾਡਾ ਚੈਨਲ ਰਿਕਮੈਂਡ ਕਰੋ ਔਰ ਸਾਡੇ ਆਫਿਸ ਵਿਜ਼ਿਟ ਕਰੋ ਫਰਸਟ ਫਲੋਰ ਤੇ ਅੰਡਰ ਕਰਦੇ ਤੋ ਇਹ ਦੇਖੋ ਪੂਰਾ ਕਟਆਊਟ ਹੈ ਇਹਨੂੰ ਸਟੇਨਲੈਸ ਸਟੀਲ ਦੀ ਰੇਲਿੰਗ ਨਾਲ ਕਵਰ ਕੀਤਾ ਗਿਆ ਅੰਦਰ ਗਲਾਸ ਲਗਾਇਆ ਗਿਆ ਕਾਫੀ ਅੱਛੀ ਵੱਡੀ ਲੌਬੀ ਦੀ ਸਪੇਸ ਦਿੱਤੀ ਗਈ ਹੈ ਬੜੇ ਆਰਾਮ ਦੇ ਨਾਲ ਇੱਥੇ ਤੁਸੀਂ ਆਪਣਾ ਸਿਟਿੰਗ ਏਰੀਆ ਬਣਾ ਸਕਦੇ ਹੋ ਡਾਊਨ ਸਿਲਿੰਗ ਦਾ ਕੰਮ ਕੀਤਾ ਗਿਆ ਹੈ ਰੋਸ਼ਨੀ ਵੈਂਟੀਲੇਸ਼ਨ ਲਈ ਇਹਦੇ ਅੰਦਰ ਕਾਫੀ ਵੱਡੀ ਵਿੰਡੋ ਆਪ ਜੀ ਨੂੰ ਬਣਾ ਕੇ ਦਿੱਤੀ ਜਾ ਰਹੀ ਹੈ ਫਰਸਟ ਫਲ ਔਰ ਆਪ ਜੀ ਨੂੰ ਬੈਡਰੂਮ ਚੈੱਕ ਕਰਵਾਈਏ ਇਸ ਤੋਂ ਇਲਾਵਾ ਕਾਫੀ ਵੱਡੀ ਬਾਹਰ ਬਲਕਨੀ ਵੀ ਬਣਾਈ ਗਈ ਹੈ ਇਹ ਤੁਸੀਂ ਫਰੰਟ ਸਾਈਡ ਦਾ ਬੈਡਰੂਮ ਚੈੱਕ ਕਰੋ ਕੋਰਨਰ ਵਿੰਡੋ ਦਿੱਤੀ ਗਈ ਹੈ ਕਮਰੇ ਦੇ ਅੰਦਰ ਰੋਸ਼ਨੀ ਵੈਂਟੀਲੇਸ਼ਨ ਦੇ ਲਈ ਪ੍ਰੋਪਰ ਇਹਦੇ ਅੰਦਰ ਤੁਸੀਂ ਦੇਖੋਗੇ ਕਿ ਤੇ ਡਬਲ ਬੈੱਡ ਇੰਸਟਾਲ ਕਰਕੇ ਆਪ ਜੀ ਨੂੰ ਦਿੱਤਾ ਜਾ ਰਿਹਾ ਹੈਗਾ ਇੱਕ ਸਾਈਡ ਤੇ ਡਰੈਸਿੰਗ ਟੇਬਲ ਵੀ ਬਣਾਇਆ ਗਿਆ ਕਮਰੇ ਦੇ ਅੰਦਰ ਤੁਸੀਂ ਦੇਖੋਗੇ ਕਿ ਤੇ ਸਪਲਟ AC ਦੀ वायरिंग ਆਪ ਜੀ ਨੂੰ ਕਰਕੇ ਦਿੱਤੀ ਜਾ ਰਹੀ ਹੈਗੀ ਇਹ ਕਮਰੇ ਦੇ ਅੰਦਰ ਤੁਸੀਂ ਦੇਖੋ ਕਿ ਤੇ ਲੱਕੜ ਦਾ ਪਾਰਟੀਸ਼ਨ ਲਗਾਇਆ ਗਿਆ ਕਾਫੀ ਅچھے ਤਰੀਕੇ ਦੇ ਨਾਲ ਇਹਨੂੰ ਡੈਕੋਰੇਟ ਕੀਤਾ ਗਿਆ ਹੈ ਕਾਫੀ ਅਚੀ ਸੋਸਾਇਟੀ ਦੇ ਅੰਦਰ ਆਜ ਦੀ ਆਪਸ਼ਨ ਅਸਿਲਾ ਕਿ ਆਈ ਹੈ ਸੋਸਾਇਟੀ ਦੇ ਨਜ਼ਦੀਕ ਸਪ੍ਰਿੰਗ ਡੈਲ ਸਕੂਲ ਹੈਗਾ ਜੇ ਅੰਮ੍ਰਿਤਸਰ ਦਾ ਕਾਫੀ ਰਿਪਿਊਟਡ ਸਕੂਲ ਹੈਗਾ ਜੇ ਤੁਸੀਂ ਇਹ ਮਾਸਟਰ ਬੈਡਰੂਮ ਫਸ ਫਲੋਰ ਦਾ ਚੈੱਕ ਕਰੋ ਕਾਫੀ ਅੱਛੇ ਵੱਡੇ ਸਾਈਜ਼ ਦਾ ਬੈਡਰੂਮ ਹੈ ਇਹਦੇ ਅੰਦਰ ਵੀ ਤੁਸੀਂ ਦੇਖੋ ਪ੍ਰੋਪਰ ਡਬਲ ਵਡਾ ਆਬਜਨ ਨੂੰ ਲਗਾ ਕੇ ਦਿੱਤਾ ਜਾ ਰਿਹਾ ਹੈ ਬੈੱਡ ਦੇ ਇੱਕ ਸਾਈਡ ਆਬਜਨ ਨੂੰ ਅਲਮਾਰੀ ਬਣਾ ਕੇ ਦਿੱਤੀ ਜਾ ਰਹੀ ਹੈ ਦੂਸਰੀ ਸਾਈਡ ਆਬਜਨ ਨੂੰ ਡਰੈਸਿੰਗ ਬਣਾ ਕੇ ਦਿੱਤਾ ਜਾ ਰਿਹਾ ਹੈ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਪੂਰੇ ਘਰ ਦੇ ਅੰਦਰ ਫਲੋਰ ਤੇ ਵਿਟ੍ਰਿਫਾਈਡ ਟਾਈਲ ਲ ਅੱਗੇ ਆਪੋਜੀਟ ਟੀਵੀ ਯੂਨਿਟ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਹੈਗੀ ਜੀ ਇਸ ਕਮਰੇ ਦੇ ਨਾਲ ਵੀ ਅਟੈਚ ਕਾਫੀ ਵੱਡਾ ਬਾਥਰੂਮ ਆਪ ਜੀ ਨੂੰ ਦਿੱਤਾ ਜਾ ਰਿਹਾ ਬਟ ਇਹ ਲੌਗ ਹੈਗਾ ਬਿਲਕੁਲ ਸੇਮ ਸਾਈਜ਼ ਗਰਾਉਂਡ ਫਲੋਰ ਵਾਲਾ ਬਾਥਰੂਮ ਹੈਗਾ ਜੀ ਪ੍ਰੋਪਰ ਬਹੁਤ ਹੀ ਅੱਛਾ ਇਹ ਸੋਨਾ ਬਣਾਇਆ ਗਿਆ ਹੈ ਆਓ ਆਪ ਜੀ ਨੂੰ ਥਰਡ ਬੈਡਰੂਮ ਦੀ ਤਰਫ ਲੈ ਕੇ ਚੱਲਦੇ ਹੈਗੇ ਆ ਬਹੁਤ ਹੀ ਅੱਛੀ ਡਿਟੇਲਿੰਗ ਦੇ ਨਾਲ ਪੂਰਾ ਘਰ ਤਿਆਰ ਕੀਤਾ ਗਿਆ ਜੀ ਬਹੁਤ ਹੀ ਅੱਛਾ ਇਹ ਦੇ ਅੰਦਰ ਫਰਨੀਚਰ ਲਗਾਇਆ ਗਿਆ ਇਹ ਦੇ ਅੰਦਰ ਵੀ ਪ੍ਰੋਪਰ ਡਬਲ ਬੈੱਡ ਲਗਾਇਆ ਗਿਆ ਡਾਊਨ ਸੀਲਿੰਗ ਦਾ ਇੱਕ ਕਮਰੇ ਦੇ ਨਾਲ ਅਟੈਚ ਆਪ ਜੀ ਨੂੰ ਡਰੈਸਿੰਗ ਏਰੀਆ ਵੀ ਬਣਾ ਕੇ ਦਿੱਤਾ ਜਾ ਰਿਹਾ ਨਾਲ ਵੱਡਾ ਬਾਥਰੂਮ ਹੈਗਾ ਜੇ ਕਮਰੇ ਦੇ ਅੰਦਰ ਰੋਸ਼ਨੀ ਵੈਂਟਿਲੇਸ਼ਨ ਇਜ਼ ਪ੍ਰੋਪਰ ਵਿੰਡੋ ਦਿੱਤੀ ਗਈ ਹੈ ਸਪਲਿਟ ਏਸੀ ਦੀ ਵਾਇਰਿੰਗ ਆਪ ਜੀ ਨੂੰ ਕਰਕੇ ਦਿੱਤੀ ਜਾ ਰਹੀ ਹੈ ਆਓ ਆਪ ਜੀ ਨੂੰ ਡਰੈਸਿੰਗ ਰੂਮ ਏਰੀਆ ਔਰ ਬਾਥਰੂਮ ਏਰੀਆ ਚੈੱਕ ਕਰਵਾਨੇ ਆ ਸਾਹਮਣੇ ਤੁਸੀਂ ਦੇਖੋ ਪ੍ਰੋਪਰ ਆਪ ਜੀ ਨੂੰ ਡਰੈਸਿੰਗ ਯੂਨਿਟ ਬਣਾ ਕੇ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਸਾਈਡ ਤੇ ਆਪ ਜੀ ਨੂੰ ਕਾਫੀ ਵੱਡੀ ਵਾਰਡਰੋਬ ਬਣਾ ਕੇ ਦਿੱਤੀ ਜਾ ਰਹੀ ਹੈਗੀ ਬਹੁਤ ਹੀ ਅੱਛਾ ਇਹਦੇ ਅੰਦਰ ਲੱਕੜ ਦਾ ਕੰਮ ਕੀਤਾ ਗਿਆ ਔਰ ਕਾਫੀ ਅੱਛਾ ਲਾਮ ਬਾਥਰੂਮ ਦੇ ਅੰਟਰੈਂਸ ਤੇ ਤੁਸੀਂ ਦੇਖੋ ਗਲਾਸ ਦੇ ਆਪ ਜੀ ਨੂੰ ਸਲਾਈਡਿੰਗ ਡੋਰ ਲਗਾ ਕੇ ਦਿੱਤੇ ਜਾ ਰਹੇ ਨੇ ਕਾਫੀ ਅੱਛਾ ਵੱਡਾ ਹੈਵੀ ਬਾਥਰੂਮ ਤਿਆਰ ਕੀਤਾ ਗਿਆ ਇਹਦੇ ਅੰਦਰ ਵੀ ਬਹੁਤ ਹੀ ਸੋਹਣੀ ਵਾਲਟਾਈਲ ਲਗਾਈ ਗਈ ਹੈ ਸਾਰੇ ਬਾਥਰੂਮਾਂ ਦੇ ਅੰਦਰ ਤੁਸੀਂ ਨੋਟਿਸ ਕੀਤਾ ਹੋਵੇਗਾ ਪੂਰੀ ਫਲੋਰ ਤੋਂ ਸੀਲਿੰਗ ਹਾਈਟ ਤੱਕ ਟਾਈਲ ਲਗਾਈ ਗਈ ਹੈ ਜੈਗਵਰ ਕੰਪਨੀ ਦੀ ਫਿਟਿੰਗ ਆਪ ਜੀ ਨੂੰ ਲਗਾ ਕੇ ਦਿੱਤੀ ਜਾ ਰਹੀ ਹੈ ਇਸ ਘਰ ਨੂੰ ਬਣਾਉਂਦੇ ਵੇ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕੀਤਾ ਗਿਆ ਸਾਰੀ ਬ੍ਰਾਂਡਡ ਕੰਪਨੀ ਦੀ ਫਿਟਿੰਗ ਯੂਜ਼ ਕੀਤੀ ਗਈ ਹੈ ਬਹੁਤ ਹੀ ਸੋਹਣਾ ਇਹ ਘਰ ਬਣ ਕੇ ਤਿਆਰ ਹੋਇਆ ਜੀ अगर आप, आप जी, दे दे जी इस प्रॉपर्टी ਨੂੰ ਵੇਖਣਾ ਚਾਹੁੰਦੇ ਹੋ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਡੇ ਨੰਬਰ ਸਕਰੀਨ ਤੇ ਦਿੱਤੇ ਗਏ ਨੇ ਸਾਡੇ ਨਾਲ ਕੰਟੈਕਟ ਕਰੋ ਆਓ ਆਪ ਜੀ ਨੂੰ ਫਰੰਟ ਸਾਈਡ ਦੀ ਵੱਡੀ ਬਾਲਕਨੀ ਏਰੀਆ ਵੀ ਚੈੱਕ ਕਰਵਾ ਦਈਏ ਕਾਫੀ ਅੱਛੇ ਵੱਡੇ ਸਾਈਜ਼ ਦੀ ਬਾਲਕਨੀ ਜੇ ਪ੍ਰੋਪਰ ਇਹਦੇ ਅੰਦਰ ਦੇਖੋ ਵੁੱਡਨ ਪੈਟਰਨ ਦੀ ਟਾਈਲ ਲਾਈ ਗਈ ਹੈ ਡਾਊਨ ਸੀਲਿੰਗ ਦਾ ਕੰਮ ਹੈਗਾ ਜੀ ਈਸ ਫੇਸ ਦੀ ਹੈ ਕੋਟੀ ਆ ਗਈ ਜੇ ਘਰ ਦੇ ਬਾਹਰ 30 ਫੁੱਟ ਦੀ ਰੋਡ ਹੈਗੀ ਜੇ ਸਾਹਮਣੇ ਤੁਸੀਂ ਦੇਖੋ ਕਾਫੀ ਅੱਛਾ ਗ੍ਰੀਨ ਏਰੀਆ ਵੀ ਹੈਗਾ ਜੇ ਅਗਰ ਤੁਸੀਂ ਫਤਿਹਗੜ ਚੋੜਿਆ ਰੋਡ ਤੇ ਕੋਈ ਅੱਛੀ ਸੁਸਾਇਟੀ ਦੇ ਅੰਦਰ ਆਪਸ਼ਨ ਲੈਣਾ ਚਾਹੁੰਦੇ ਤੇ 158 ਸਕੁਅਰ ਯਾਰਡ ਦੀ 5 BHK ਫਰਨਿਸ਼ ਕੋਠੀ ਹੈਗੀ ਜੇ ਕਾਫੀ ਅੱਛੇ ਰੇਟਾਂ ਦੇ ਕੋਠੀ ਆਪ ਜੀ ਨੂੰ ਮਿਲ ਜਾਏਗੀ ਔਰ ਇਹਦੇ ਉੱਪਰ ਬੜਾ इजीली ਆਪ ਜੀ ਨੂੰ ਬੈਂਕ ਦਾ ਲੋਨ ਵੀ ਮਿਲ ਜਾਏਗਾ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਅੰਦਰ ਅਗਰ ਤੁਸੀਂ ਕੋਈ ਕੋਠੀ ਆਪਣੀ ਸੇਲ ਕਰ ਰਹੇ ਹੋ ਔਰ ਫ੍ਰੀ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ ਜਾਂ ਤੁਹਾਡੇ ਕੋਲ ਕੋਈ ਪਲਾਟ ਔਰ ਤੁਸੀਂ ਆਪਣੀ ਨਵੀਂ ਕੋਠੀ ਤਿਆਰ ਕਰਨਾ ਚਾਹੁੰਦੇ ਹੋ ਉਹਦੇ ਲਈ ਵੀ ਸਾਡੇ ਨਾਲ ਕੰਟੈਕਟ ਕਰੋ ਸਾਡੇ ਕੋਲ ਪੂਰੀ ਟੀਮ ਹੈਗੀ ਏ ਕਾਫੀ ਅੱਛੇ ਰੇਟਾਂ ਤੇ ਅਸੀਂ ਤੁਹਾਨੂੰ ਪੂਰੀ ਕੋਠੀ ਤਿਆਰ ਕਰਕੇ ਦਾਂਗੇ ਤੁਸੀਂ ਇਹ ਮੌਂਟੇਅਰਿਆ ਚੈੱਕ ਕਰੋ ਇਹਦੇ ਅੰਦਰ ਵੀ ਬਹੁਤ ਹੀ ਅੱਛੀ ਸਟੋਰੇਜ ਸਪੇਸ ਦਿੱਤੀ ਗਈ ਹੈ ਉੱਪਰ ਸਕਾਈਲਾਈਟ ਏਰੀਆ ਦਿੱਤਾ ਗਿਆ ਤਾਂ ਕਿ ਪੂਰੇ ਘਰ ਦੇ ਅੰਦਰ ਨੇਚਰਲ ਰਾਈਟ ਲਾਈਟ ਰਹਿੰਦੀ ਜੇ ਮਟੀਰੀਅਲ ਦੇ ਅੰਦਰ ਵੀ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਸਟੀਲ ਦਾ ਗੇਟ ਲਗਾਇਆ ਗਿਆ ਆਓ ਆਪ ਜੀ ਨੂੰ ਟਰੈਸ ਏਰੀਆ ਚੈੱਕ ਕਰਵਾਈਏ ਪ੍ਰੋਪਰ ਵਾਟਰਪੂਫਿੰਗ ਕਰਕੇ ਟਾਇਲ ਲਗਾਈ ਗਈ ਹੈ ਡਕ ਟਰੈਰ ਨੂੰ ਕਵਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਤੁਸੀਂ ਦੇਖੋ ਏਸੀ ਦੇ ਆਊਟਡੋਰ ਯੂਨਿਟ ਵੀ ਇਹਦੇ ਅੰਦਰ ਇੰਸਟਾਲ ਕੀਤੇ ਗਏ ਨੇ ਮੌਂਟੇਅਰਿਆ ਦੇ ਉੱਪਰ ਤੁਸੀਂ ਦੇਖੋਗੇ ਤੇ ਵਾਟਰ ਟੈਂਕ ਰੱਖਿਆ ਗਿਆ ਹੈ ਕਾਫੀ ਅ ਅਗਰ ਆਪ ਜੀ ਇਸ ਪ੍ਰੋਪਰਟੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਸਕਰੀਨ ਤੇ ਦਿੱਤੇ ਗਏ ਨੇ ਸਾਡੇ ਨਾਲ ਕੰਟੈਕਟ ਕਰੋ ਸਾਡਾ ਮੇਨ ਆਫਿਸ ਨਿਊ ਮਰੀਜ਼ਾ ਰੌਥੇ ਉੱਥੇ ਵੀ ਵਿਜ਼ਿਟ ਕਰੋ ਸੇਲ ਪਰਚੇਸ ਲਈ ਔਰ ਨਇਆ ਕਾਰ ਬਣਾਉਣ ਲਈ ਸਾਡੇ ਨਾਲ ਕੰਟੈਕਟ ਕਰੋ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ